ਅੱਜ ਪਰਲੀ ਸਾਈਡ ਤੋਂ ਮੈਂ ਸਾਰੀ ਸੰਗਤ ਦਾ ਧੰਨਵਾਦ ਕਰਨ ਵਾਸਤੇ ਆਇਆ। ਤੁਸੀਂ ਪਾਰਲੀਮੈਂਟ ਇਲੈਕਸ਼ਨ ਵਿੱਚ ਬਹੁਤ ਵੱਡੀ ਜਿੱਤ ਮੈਨੂੰ ਕਰਾਈ। ਮੈਂ ਤੁਹਾਡਾ ਆਪਣਾ ਘਰ ਦਾ ਬੰਦਾ, ਪਰਿਵਾਰ ਦਾ ਜੀ ਹੈ। ਮੈਨੂੰ ਤੁਹਾਡੇ ਇਲਾਕੇ ਦੀ ਸੇਵਾ ਸੰਭਾਲੇ ਨੂੰ ਕੋਈ 10 ਸਾਲ ਹੋ ਗਏ ਹੈ। 10 ਸਾਲਾਂ 'ਚ ਮੈਂ ਕੋਸ਼ਿਸ਼ ਕੀਤੀ ਤੁਹਾਨੂੰ ਕੋਈ ਤਕਲੀਫ ਨਾ ਹੋਏ। ਆਹ ਪਿੰਡਾਂ ਦੀ ਕਿੰਨੀ ਮਾੜੀ ਹਾਲਤ ਸੀ, ਪਰ ਪਿਛਲੇ 10 ਸਾਲਾਂ 7 ਸਾਲ ਆਪਣਾ ਰਾਜ ਰਿਹਾ, ਉਹਨਾਂ 7 ਸਾਲਾਂ ਦੇ ਅੰਦਰ ਦੇਖਿਆ ਕਿੰਨਾ ਪੈਸਾ ਤੁਹਾਡੇ ਪਿੰਡਾਂ 'ਚ ਲਿਆ ਕੇ ਗਲੀਆਂ ਬਣਾ ਦਿੱਤੀਆਂ, ਸਕੂਲ ਬਣਾ ਤੇ, ਆਰ ਓ ਸਿਸਟਮ ਕਰ ਦਿੱਤਾ, ਸੜਕਾਂ। ਪਿੰਡ ਮੈਨੂੰ ਲੱਗਦਾ ਮੈਂ ਇੱਕ ਦਿਨ ਹਿਸਾਬ ਜੋੜ ਰਿਹਾ ਸੀ, 1,000-2,000 ਕਰੋੜ ਇਕੱਲਾ ਜਲਾਲਾਬਾਦ ਹਲਕੇ 'ਚ ਹੀ ਲੱਗਿਆ। ਦੇਖੋ ਫਰਕ ਕਿੰਨਾ ਹੈ। ਹੁਣ 3 ਸਾਲ ਕਾਂਗਰਸ ਦਾ ਰਾਜ, ਨੀਲੇ ਕਾਰਡ ਵੀ ਖਤਮ ਕਰਤੇ ਉਹਨਾਂ ਨੇ, ਪੈਨਸ਼ਨਾਂ ਵੀ ਬੰਦ ਕਰਤੀਆਂ, ਐਸੀ ਸਕਾਲਰਸ਼ਿਪ ਵੀ ਬੰਦ ਕਰਤੀ, ਜਵਾਨੀ ਗ੍ਰਾਂਟ ਨਹੀਂ ਆਉਂਦੀ, ਸੇਵਾ ਕੇਂਦਰ ਵੀ ਬੰਦ ਹੈ, ਬਿਜਲੀ ਦੇ ਬਿੱਲ ਪਰ ਵਧਾ ਦਿਓ ਨੇ। ਕਿੰਨੇ ਆ ਰਹੇ ਬਿਜਲੀ ਦੇ ਬਿੱਲ? 15-20 ਹਜ਼ਾਰ ਵਾਲੇ ਆਉਣ ਲੱਗ ਗਏ ਕਿ ਨਹੀਂ? ਹੈ ਤੇ ਆਪਣੇ ਟਾਈਮ ਬਿੱਲ ਆਉਂਦਾ ਸੀ, ਭਰਦੇ ਹੀ ਨਹੀਂ ਸੀ ਆਪਾਂ, ਗੱਲ ਕੀ ਹੈ? ਆਹ ਫਰਕ ਹੈ ਆਪਣੀ ਸਰਕਾਰ ਦਾ ਤੇ ਉਹਦਾ। ਹੁਣ ਕਾਂਗਰਸ ਦਾ ਰਾਜਾ ਦਾਰੂ ਪੀ ਕੇ ਬੈਠਾ ਰਹਿੰਦਾ, ਨਾ ਕੰਮ ਕਰਦਾ ਨਾ ਡੱਕਾ ਤੋੜਦਾ, ਉਹਨੂੰ ਪਰਵਾਹ ਹੀ ਨਹੀਂ, ਫਿਕਰ ਨਹੀਂ ਤੁਸੀਂ ਕੀ ਆਉਂਦੇ ਹੋ, ਮਰਦੇ ਹੋ, ਇੱਥੇ ਮੀਂਹ ਪਿਆ ਨਹੀਂ ਪਿਆ, ਲੋਕੀ ਰੋਟੀ ਖਾਂਦੇ ਨਹੀਂ ਖਾਂਦੇ, ਇਹਨੂੰ ਕੋਈ ਫਿਕਰ ਨਹੀਂ। ਅਸੀਂ ਤੁਹਾਡੇ ਕੋਲੇ ਹਰ ਮਹੀਨਾ 2-3 ਮਹੀਨੇ ਬਾਅਦ ਮੈਂ ਤੁਹਾਡੇ ਪਿੰਡ ਆਉਂਦਾ, ਤੁਸੀਂ ਕਹਿੰਦੇ ਆਹ ਚੀਜ਼ ਚਾਹੀਦੀ, ਆਹ ਚੀਜ਼ ਚਾਹੀਦੀ, ਅਸੀਂ ਨਾਲ ਨਾਲ ਪੈਸੇ ਦੇ ਕੇ ਖੁੱਲੇ ਦੇ ਕੇ ਜਾਂਦਾ ਸੀ। ਕਿਸੇ ਕੀ ਮੇਰੀ ਕੋਸ਼ਿਸ਼ ਸੀ ਕੋਈ ਤੁਹਾਡੀ ਕੋਈ ਖੁਆਇਸ਼ ਰਹਿ ਨਾ ਜਾਏ, ਪਰ ਵਿਚਾਰ 3 ਸਾਲ ਦਾ ਮੁੱਦਾ ਪੈ ਗਿਆ ਕਾਂਗਰਸ ਦਾ। ਹੁਣ ਮਤਲਬ 2 ਸਾਲ ਹੋਰ ਭੁਗਤਣਾ ਪੈਣਾ, 2 ਸਾਲ ਬਾਅਦ ਫਿਰ ਖੁੱਲੇ, ਫਿਰ ਤੋਂ ਆਪਾਂ ਖੁੱਲੇ ਕੰਮ ਕਰਾਂਗੇ, ਕਿਉਂਕਿ ਮੈਂਬਰ ਪਾਰਲੀਮੈਂਟ ਕੋਲ ਕੋਈ ਜ਼ਿਆਦਾ ਪੈਸਾ ਨਹੀਂ ਹੁੰਦਾ। ਮੈਂਬਰ ਪਾਰਲੀਮੈਂਟ ਕੋਲ ਜਿਵੇਂ ਨਾ ਪਿੰਡ ਦੀ ਥੋੜ੍ਹੀ ਹੱਟੀ ਵੀ ਹੁੰਦੀ ਹੈ, ਥੋੜ੍ਹਾ ਮੋਟਾ ਸੌਦਾ ਉੱਥੇ ਮਿਲ ਜਾਂਦਾ ਹੈ। ਅਸਲੀ ਸੌਦਾ ਤਾਂ ਮੁੱਖ ਮੰਤਰੀ ਕੋਲ ਹੁੰਦਾ ਹੈ ਅਸਲੀ ਪੈਸਾ। ਸੋ ਜਿੰਨਾ ਮੇਰਾ 2 ਸਾਲ ਵਾਸਤੇ ਦਾ ਥੋੜ੍ਹਾ ਮੋਟਾ ਜੋ ਲੋੜ ਪਈ ਪਿੰਡ ਦੀ ਦੱਸ ਦਿਆ ਕਰੋ, ਉਹਨਾਂ ਆਪਾਂ ਕਰੀ ਜਾਵਾਂਗੇ, ਪਰ ਸਰਕਾਰ ਬਣਾ ਦਿਓ ਉਹਦੇ ਬਾਅਦ ਨਜ਼ਾਰਾ ਲਿਆ ਦੇ। ਪਰ ਮੈਂ ਦੇਖਿਆ ਤੁਸੀਂ ਪਿਛਲੇ 3 ਸਾਲਾਂ 'ਚ ਕਾਂਗਰਸ ਨੇ ਸਾਰਾ ਕੁਛ ਹੀ ਬੰਦ ਕਰ ਦਿੱਤਾ, ਕਾਂਗਰਸ ਨੇ ਸਾਰਾ ਕੁਛ ਹੀ ਬੰਦ ਕਰ ਦਿੱਤਾ, ਨੀਲੇ ਕਾਰਡ ਕੱਟਤੇ, ਪੈਨਸ਼ਨਾਂ ਕੱਟਤੀਆਂ, ਐਸੀ ਸਕਾਲਰਸ਼ਿਪ ਬੰਦ ਕਰਤੀ, ਜਿਹੜੇ ਗ੍ਰਾਂਟਾਂ ਸੀ ਸਾਰੀਆਂ ਬੰਦ ਹੋ ਗਈਆਂ। ਅੱਜ ਸਰਕਾਰ ਨਾਂ ਦੀ ਕੋਈ ਚੀਜ਼ ਨਹੀਂ। ਅੱਜ ਬਿਜਲੀ ਦੇ ਰੇਟ ਪੈਣ ਲੱਗ ਗਏ, ਬਿੱਲ ਕਿੱਡੇ ਕਿੱਡੇ ਵੱਡੇ ਹੋ ਗਏ। ਆਉਂਦੇ ਆ ਬਿੱਲ ਅੱਜ ਕੱਲ੍ਹ? ਆਪਣੇ ਟਾਈਮ 'ਤੇ ਕੋਈ ਬਿੱਲ ਆਉਂਦਾ ਸੀ? ਉਦੋਂ ਖੁੱਲ੍ਹਾ ਕੰਮ ਸੀ, ਖੁੱਲ੍ਹਾ ਕੰਮ ਸੀ, ਗੁੱਡੀ ਚੱਲਦੀ ਸੀ, ਫਿਰ ਤੋਂ ਵਾਪਸ ਖੁੱਲ੍ਹਾ ਕੰਮ ਹੋ ਜੂਗਾ, ਕੋਈ ਟੈਨਸ਼ਨ ਨਹੀਂ ਲੈਣੀ। ਦੇਖੋ 1,00,000 ਰੁਪਏ ਮੈਂ ਗਰੰਟਾਂ ਦਿੱਤੀਆਂ, ਗਲੀਆਂ ਲਾਉਣੀਆਂ ਸਾਰੀਆਂ ਬਣ ਗਈਆਂ, ਬਸ ਹੁਣ ਮੈਂ ਜਿਹੜਾ ਇੱਕ ਕੰਮ ਹੁਣ ਕਰਨ ਲੱਗਾ, ਜਿਵੇਂ ਕਿ ਪਿਛਲੀ ਵਾਰ ਗਲੀਆਂ ਨਾਲੀਆਂ ਬਣਾ ਕੇ ਦੂਜੇ ਕੰਮ ਕਰਤੇ, ਹੁਣ ਆਉਣ ਸਾਰ ਪੱਕੇ ਮਕਾਨ ਬਣਾਊਂਗਾ ਗਰੀਬਾਂ ਦੇ, ਕੋਈ ਕੱਚਾ ਮਕਾਨ ਨਹੀਂ ਰਹੂਗਾ। ਆਉਣ ਸਾਰ ਆਹ ਜਿਹੜੀਆਂ ਆਟਾ ਦਾਲ ਸ਼ਗਨ ਜਿਹੜੇ ਬੰਦ ਹੋ ਗਏ, ਸਾਰੇ ਫਿਰ ਤੋਂ ਚਾਲੂ ਹੋ ਜਾਣਗੇ। ਇਹ ਜੀ ਤਰੱਕੀ ਕਰਾ ਕੇ ਦਊਂਗਾ, ਜਿਹੜੀਆਂ ਥੋੜੀਆਂ ਕਮੀਆਂ ਰਹਿ ਗਈਆਂ ਪਹਿਲੇ 2 ਸਾਲ 'ਚ ਪੂਰੀਆਂ ਕਰ ਦਾਂਗੇ ਆਪਾਂ। ਦੇਖੋ ਤੁਸੀਂ ਬਹੁਤ ਪਿਆਰ ਦਿੱਤਾ ਮੈਨੂੰ, ਬਹੁਤ ਸਤਿਕਾਰ ਦਿੱਤਾ, ਐਡੀ ਵੱਡੀਆਂ ਪੋਸਟਾਂ ਤੋਂ ਬਚਾਇਆ। ਮੇਰਾ ਵੀ ਇੱਕੋ ਇੱਕ ਨਿਸ਼ਾਨਾ ਹੁੰਦਾ ਕਿ ਇਸ ਇਲਾਕੇ ਨੂੰ ਮੈਂ ਅੱਗੇ ਕਰਾਂ, ਅਤੇ ਤੁਹਾਡੇ ਨਾਲ ਦਿਲੋਂ ਮੇਰਾ ਲਗਾਅ ਹੈ। ਅੱਜ ਪੰਜਾਬ ਵਿੱਚ ਨਿਕੰਮਾ ਕੈਪਟਨ ਹੈ ਜਿਹੜਾ ਨਾ ਪੰਜਾਬ 'ਚ ਆਉਂਦਾ ਹੈ, ਜਾਂ ਨਾ ਜਾਂਦਾ, ਨਾ ਮਿਲਦਾ, ਨਾ ਉਹਨੂੰ ਪਰਵਾਹ ਹੈ। ਅੱਜ ਲੁੱਟਣ 'ਤੇ ਲੱਗੇ ਹੈ। ਅੱਜ ਕਾਂਗਰਸੀ ਹਰ ਕੰਮ ਕਰਾਉਣ ਵਾਸਤੇ ਪੈਸੇ, ਸਾਰਾ ਚੀਜ਼ ਪੈਸਾ ਪੈਸਾ ਪੈਸਾ। ਅੱਜ ਨਸ਼ਾ ਇੰਨਾ ਵਿਕਾਉਣਾ ਸ਼ੁਰੂ ਕਰਤਾ ਕਾਂਗਰਸੀਆਂ ਨੇ, ਆਹ ਸਮਗਲਰਾਂ ਨਾਲ ਮਿਲ ਕੇ
ते पुलिस दी शह दे कि अज पंजाब दी जवानी नू खत्म करदे लगी है। इस करके श्रोमणी अकाली दल थोड़ी पार्टी है, मां पार्टी है, थोनू मैं थोड़ा सेवादार है, थोनू चिंता करने की लोड़ नहीं। आ दो साल तो औखा रहना पड़ा क्योंकि उन्हें पैसा है नहीं इन्नी ग्रांट देने वास्ते। पहले तो आप खुला कम से जो मंगते थे जिमें जिमें बोला थोड़े ही पिंड किन्ने करोड़ हो गए मकान पिछली मैं क्या पिछली बार गलियां नालियां दे रहे कम लाता हूं मकाना वास्ते लावांगे सारा पैसा।